ਬਠਿੰਡਾ ਚ ਪੈ ਰਹੀ ਅਤਿ ਗਰਮੀ ਨਾਲ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਸੰਤ ਵਿਹਾਰ ਇਲਾਕੇ ਦੇ ਨਾਲ ਲੱਗਦੇ ਦਰਜਨਾਂ ਮੁਹੱਲਿਆਂ ਚ ਪਿਛਲੇ ਦਿਨਾਂ ਪਾਣੀ ਦੀ ਕਿੱਲਤ ਵੱਧ ਗਈ ਹੈ। ਇਲਾਕੇ ਚ 15 ਦਿਨ ਤੋਂ ਪਾਣੀ ਨਹੀਂ ਆ ਰਿਹਾ। ਕਾਰਨ ਇਹ ਦੱਸਿਆ ਜਾ ਰਿਹਾ ਕਿ ਪਾਈਪ ਟੁੱਟੀ ਹੋਈ ਹੈ, ਜਿਸ ਦੀ ਮੁਰੰਮਤ ਹਜੇ ਤੱਕ ਨਹੀਂ ਕੀਤੀ ਗਈ, ਜਿਸ ਦੇ ਚੱਲਦੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। 15 ਦਿਨ ਸੇ ਹਮ ਪਰੇਸ਼ਾਨ ਹੈ। ਕਹਾਂ ਸੇ ਲੇਕੇ ਆ ਰਹੇ ਹੋ? ਬੰਬੀ ਸੇ ਪਾਣੀ ਲੇਤੇ ਹੈ, ਬੰਬੀਆਂ ਲਗਾਈ ਹੋਈ ਹੈ ਜਾਂ ਮੱਛੀ ਮੋਟਰ ਸੇ ਸਸਤੇ ਪਰ। ਤੋ ਵੋ ਪਾਣੀ ਤੋ ਪੀਨੇ ਲਾਇਕ ਨਹੀਂ ਹੈ? ਕਈ ਇਲਾਕੇ ਲਾਇਕ ਪਾਣੀ ਨਹੀਂ ਹੈ, ਪਰ ਘਰ ਕਾ ਕੰਮ ਤੋ ਉਸਸੇ ਚਲਤਾ ਹੈ ਨਾ। ਨੌਂ ਕਰਨੇ ਦਿੱਕਤ ਹੈ, ਬੱਚਿਆਂ ਨੂੰ ਦਿੱਕਤ ਹੈ, ਠੀਕ ਕਰਨੇ ਦਿੱਕਤ ਹੈ। ਕੀ ਮੰਗ ਹੈ ਪ੍ਰਸ਼ਾਸਨ ਤੋਂ? ਸਾਡੇ ਤਾਂ ਮੰਗ ਹੈ ਵੀ ਪਾਣੀ ਦੀ ਸਮੱਸਿਆ ਜਲਦੀ ਜਲਦੀ ਹੱਲ ਕੀਤੀ ਜਾਵੇ, ਗਰਮੀ ਦਾ ਮੌਸਮ ਚੱਲ ਰਿਹਾ। ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ, ਚੈਨਲ 2।